अज ट्रायल हो अपना संगरूर बरनाला मरेलकोट लीग दे इना बारे तुसी की कहना चाहोगे ना? बस गर्मी भी फल सी, औखे भी बहुत हो, प्लेयर का कॉम्पीटिशन भी बहुत टफ सी, बहुत वधिया ट्रायल होया। जिदा कि सानू अजे अठ अठ रखने सी, पर इत्थे कॉम्पीटिशन इन्ना सख्त सी, सानू दस दस प्लेयर लेने पैगे, दस रेडर ते दस जाफी लेने पैगे, है ना। ते मैं बाकी उन्होंने जेडे अपने ले आ एक्सट्रा उन्होंने कहा, मैं कहा भाई जे कि होर ट्रायल दे सकते हो तो जरूर दे के आयो, की पता तुसी उत्थे प्लेइंग आपकी प्लेइंग रूटीन चाहो, है ना। ते बाकी बाद जिदा कि आपां कहा गया भी जिन्ने प्लेयर आपां नूं वधिया लगे आपां नूं उत्थे संगरूर मीटिंग च लै जाणे आ, ते उत्थे सारे कोचां ने, सारे रैफरियां ने, सारे कमेंटेटरां ने बह के टीमां बनाउणियां ने। आपां नूं पता भी कई थां ते प्लेयर घट जाणगे, कई थावां ते वध जाणगे, ये थां थां ते ट्रायल दा तां रखे जी वी प्लेयरां नूं आउणा सौखा हो जाए ते सानूं ट्रायल लैणे सौखे हो जाण। जिदा कि अज्ज 80 दे करीब प्लेयर पहुंचे सी इत्थे, है ना, 80 दे करीब प्लेयर पहुंचे। ते जे आपां कह दईए वी सारे संगरूर बरनाले दे 8 थावें ट्रायल रखे आ, 80-80 प्लेयर ला लो, 8 नूं ला के किन्ने हो गए, ते इक थावें करने बहुत औखे जी, ते इहदा वधिया ट्रायल होया, ते बाबे दी मेहर नाल सट्टा फिट्टा तों प्लेयर बचे रहे आ। एक दो प्लेयरां दी माड़ी मोटी आई भी आ, ते चलो कोई नहीं, ओह रिकवर करनगे, ते जदों जिद्दां के रिकवर करनगे ते आपां कोई नहीं प्लेयरां दे नाल आ। किन्ने खिडारी पहुंचे ने जी? बहुत खिडारी पहुंचे ने जी, ते 50 बंदे तों 30 आ जी। हांजी, ते वधिया ओह चल रहे ट्रायल। ਜਿਵੇਂ ਨਵੇਂ ਖਿਡਾਰੀਆਂ ਦੀ ਆਪਾਂ ਨੇ ਸੋਚ ਬਹੁਤ ਵੱਡੀ ਆ ਤੁਹਾਡੀ ਕਿ ਆਪਾਂ ਨੇ ਨਵੀਂ ਪਨੀਰ ਨੂੰ ਮੂਹਰੇ ਲੈ ਕੇ ਆਉਣਾ, ਹੈ ਨਾ, ਇਹ ਲੀਗ ਨਾਲ ਕਿੰਨਾ ਕੁ ਫਰਕ ਪਊਗਾ ਆਪਾਂ ਨੂੰ? ਬਹੁਤ ਜ਼ਿਆਦਾ ਫਰਕ ਪਊਗਾ ਜੀ, ਨਵੇਂ ਪਲੇਅਰਾਂ ਨੂੰ ਮੌਕਾ ਬਹੁਤ ਮਿਲਣਾ, ਤੇ ਨਵੀਂ ਪਨੀਰੀ ਉੱਠੂਗੀ, ਵਧੀਆ ਗੱਲ ਆ ਜੀ। ਤੇ ਆਓ ਨਿੰਦੀ ਵੀਰ ਨਾਲ ਗੱਲ ਕਰਦੇ ਹਾਂ। ਨਿੰਦੀ ਵੀਰ, ਜਿਹੜੀ ਆਪਾਂ ਇਹ ਸੰਗਰੂਰ ਬਰਨਾਲਾ ਲੀਗ ਕਰਾਉਣ ਜਾ ਰਹੇ ਹਾਂ, ਹੈ ਨਾ, ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਚਰਚਾ ਸੱਤਾਂ ਤੇ ਬਹੁਤ ਵਧਾਈਆਂ ਮਿਲ ਰਹੀਆਂ ਨੇ ਕਿ ਜਿਹੜੇ ਆਪਣੇ ਇਲਾਕੇ ਦੇ ਇਹਨਾਂ ਜ਼ਿਲ੍ਹਿਆਂ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੇ ਖੇਡੇ ਨੇ, ਖੇਡ ਰਹੇ ਨੇ, ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ, ਹੈ ਨਾ, ਨਵੇਂ ਖਿਡਾਰੀ ਨੂੰ ਮੂਹਰੇ ਲਿਆਉਣ ਦਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਬਹੁਤ ਵਧੀਆ ਉਪਰਾਲਾ ਬਾਈ। ਦੇਖੋ ਹੁਣ ਆਪਾਂ ਇੱਕ ਟੀਮ ਬਣੀ ਹੈ ਇੱਥੋਂ, ਇੱਕ ਟੀਮ ਲਈ 50 ਬੰਦੇ ਆ ਗਏ, 8 ਥਾਵੇਂ ਟ੍ਰਾਇਲ ਚੱਲਣੇ ਨੇ ਆਪਣੇ। ਦੇਖ ਲਓ ਵੀ ਇੰਨਾ ਕਰੇਜ ਆ ਨਵੇਂ ਮੁੰਡਿਆਂ 'ਚ ਵੀ, ਹੁਣ 50 ਬੰਦੇ ਇਕੱਲੇ ਆਪਣੇ ਸੰਗਰੂਰ ਜ਼ੋਨ ਦੇ ਪਹੁੰਚ ਗਏ। ਅਮਰਗੜ੍ਹ ਚੱਲ ਰਹੇ ਨੇ, ਉੱਧਰ ਕਰਮੀ ਬਾਈ ਉਹ ਨਹੀਂ ਲੈ ਰਹੇ ਨੇ, ਬਰਨਾਲੇ ਕਨੀ ਅੱਡ ਨੇ, ਦਿਰਬੇ ਅੱਡ ਨੇ, ਭਵਾਨੀਗੜ੍ਹ ਅੱਡ ਨੇ, 8 ਜਗ੍ਹਾ ਤੇ ਟ੍ਰਾਇਲ ਚੱਲ ਰਹੇ ਨੇ। ਦੇਖੋ ਇੱਥੋਂ ਜਿਹੜੇ ਆਪਾਂ 16 ਖਿਡਾਰੀ ਸਿਲੈਕਟ ਕਰਾਂਗੇ, ਹੈ ਨਾ, ਉਹਨਾਂ ਖਿਡਾਰੀਆਂ ਦੀ ਉਰੀ ਟੀਮ ਬਣ ਜੂ, ਜਾਂ ਜਿਹੜੇ 8 ਥਾਵੋਂ 16-16 ਖਿਡਾਰੀ ਆਉਣਗੇ ਉਹਨਾਂ ਦੇ ਵਿੱਚੋਂ ਅੱਡੋ ਅੱਡ 8 ਟੀਮਾਂ ਬਣਨਗੀਆਂ? ਆਪਾਂ ਬਈ ਗ੍ਰੇਡ ਬਣਾਵਾਂਗੇ, ਸਾਰੇ 16-16 ਕਰਕੇ ਪਲੇਅਰ ਗ੍ਰੇਡ ਬਣਾ ਕੇ ਆਪਾਂ ਮਰਜ਼ੀ ਨਾਲ, ਜਿਵੇਂ ਏ ਕਲਾਸ, ਬੀ ਕਲਾਸ, ਸੀ ਕਲਾਸ, ਏਦਾਂ ਬਣਾ ਕੇ 4-4 ਏ ਗ੍ਰੇਡ, ਬੀ ਗ੍ਰੇਡ, ਸੀ ਗ੍ਰੇਡ, ਐਂ ਬੈਲੈਂਸ ਟੀਮਾਂ ਬਣਾਉਣੀਆਂ ਨੇ ਬਈ। ਬਿਲਕੁਲ ਸੰਦੀਪ ਵੀਰ, ਇਹ ਆਪਣੀ ਸੋਚ ਆ ਜਿਹੜੀ, ਹੈ ਨਾ, ਕਬੱਡੀ ਜਿਉਂਦੀ ਰਹੇ, ਹੈ ਨਾ, ਉਹਦੇ ਵਾਸਤੇ ਤੁਸੀਂ ਉਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ? ਬਸ ਇਹੀ ਕਹਿਣਾ ਚਾਹੁੰਦਾ ਜੀ, ਵਧੀਆ ਪਲੇਅਰ ਸਾਰੇ ਪਹੁੰਚੇ ਇੱਥੇ, ਠੀਕ ਆ ਜੀ, ਤੇ ਦਿੜਬੇ ਵੀ ਕੱਲ ਨੂੰ ਟ੍ਰਾਇਲ ਆ ਕਹਿੰਦੇ, ਤੇ ਬਹੁਤ ਖੁਸ਼ੀ ਦੀ ਗੱਲ ਆ ਜੀ ਆਪਾਂ ਨੂੰ ਵੀ ਨਵੇਂ ਮੁੰਡੇ ਨੂੰ ਮੌਕਾ ਮਿਲ ਰਿਹਾ, ਤੇ ਇਹੀ ਗੱਲ ਕਹਿਣਾ ਚਾਹੁੰਦਾ ਜੀ। ਬਹੁਤ ਬਹੁਤ ਧੰਨਵਾਦ, ਚੰਗੇ ਕੰਮ ਕਰਾਂਗੇ, ਠੀਕ ਆ, ਕਬੱਡੀ ਨੂੰ ਵੀ ਜੇ ਚੰਗੇ ਕੰਮ ਕਰੋਗੇ ਤਾਂ ਆਪਾਂ ਕਬੱਡੀ ਉੱਤੇ ਲੈ ਕੇ ਚੱਲੋ ਯਾਰ, ਫਿਰ ਵਧੀਆ, ਕਿਉਂਕਿ ਕਬੱਡੀ ਨੇ ਸਾਨੂੰ ਬਹੁਤ ਕੁਛ ਦਿੱਤਾ, ਅਸੀਂ ਚਾਹੁੰਦੇ ਹਾਂ ਵੀ ਜਿੰਨਾ ਸਾਨੂੰ ਦਿੱਤਾ ਉਦੋਂ ਦੁੱਗਣਾ ਤੁਹਾਨੂੰ ਦੇਵੇ ਯਾਰ, ਮੋਹਿਤ ਬੇਨੜੇ ਵਾਲਾ ਜੱਫਾ ਮੋਹਿਤ ਬੇਨੜੇ ਨੂੰ ਹਲ ਬੜਾ ਚੰਗੋਰ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣੇ ਮਸਤੋਣਾ ਸਾਹਿਬ ਅਕੈਡਮੀ ਗਰਾਊਂਡ ਦੇ ਵਿੱਚ ਟ੍ਰਾਇਲ ਚੱਲ ਰਹੇ ਨੇ, ਬਾਈ ਨੈਬ ਸਿੰਘ ਡੈਣੀ, ਖੁਸ਼ੀ ਬਾਈ, ਬਾਈ ਕੇ ਸੀ, ਗੁਰਪ੍ਰੀਤ ਸਹਿਜੀ, ਸਵਰ ਹਰਪ੍ਰੀਤ ਸੰਧੂ ਬਾਈ, ਦਲਵੀਰ ਜੌਲ, ਸੰਦੀਪ ਲੋਦਰ ਬਾਈ, ਨਿੰਦੀ ਬਾਈ ਬੇਨੜਾ, ਸਾਰੇ ਟ੍ਰਾਇਲ ਲੈ ਰਹੇ ਨੇ ਬਾਈ ਇੱਥੇ, ਬਹੁਤ ਸੁਚੇਜੇ ਢੰਗ ਨਾਲ ਟ੍ਰਾਇਲ ਹੋ ਰਿਹਾ, ਅਤੇ ਉਹਨਾਂ ਨੇ ਬਾਈ ਗੁਰਪ੍ਰੀਤ ਕਿੱਥੇ ਰੱਖਿਆ? ਗੁਰਮਾ ਬਾਈ ਗੁਰਪ੍ਰੀਤ ਚੰਗੇ ਨੇ, ਸਤਨਾਮ ਬਾਈ ਖੇੜੀ ਚਹਿਲਾਂ, ਬਾਈ ਕਾਲਾ ਹਮੀਦੀ, ਭਾਊ ਗੁਰਮਾ, ਰਾਜਾ ਰਾਏ, ਸਾਰੇ ਗੁਰਮਾ ਦੇ ਗਰਾਊਂਡ ਦੇ ਵਿੱਚ ਟ੍ਰਾਇਲ ਲੈ ਰਹੇ ਆ,
सारे उधरले प्लेयर वो एरिए प्लेयर उधर कंटैक्ट कर सकते हैं। मस्तौना साहब ट्रायल चल रहे हैं। शेयर कर दो भीरे वध तो वध सारे नूं पता लग जाए। उधर बरनाले एरिए गुरमा ट्रायल हो रहा, अपने सरूर एरिए दे मस्तौना साहब हो रहा भीरे ट्रायल। चलो भाई लास्ट कबड्डी है। नहीं इशू गुजर भीरे हरियाणा के प्लेयर नहीं, ये सिर्फ संगरूर बरनाले के प्लेयर लिए रखे आपां भीरे, क्योंकि सारे जिले दीआं लीगां चल रही ने। आपां संगरूर बरनाले के प्लेयर न्यू प्लेयर नहीं रखे, जिहड़े किसी भी इंडिया तो बाहर नहीं गए खेडन, उन्हां लई नवें प्लेयर लई सिर्फ रखे भीरे। विले लल तो भीरे तुसीं अपने प्रबंधकां जाओ भरा, प्रबंधक बनो भीरे, साथ दिओ। अपने संदीप लद्दर भाई निंदी भाई बेनड़ा छा दे रहे ने पूरा भाई साडा। जी भीरे लीग करवाउण दी किद्दां दी तुहाडी रणनीति है, की इहदी जरूरत पई है? साडी कबड्डी ना जिद्दां कह दईए इक थां ते आ के हुण थम जे गई सी, भी जिद्दां अलोप हो गई है ना। सानू कबड्डी ने बहुत कुछ दिता पर टाइम नहीं दिता सी, सानू टाइम आ दिता करोना ने, है ना। चल हुण 2 सालां तो फ्री होए देखे आ ना, ते साडे एरिए च कबड्डी दे प्राइज़ बहुत वड्डे हो गए सी, ते प्लेयर भी बहुत वड्डे हो गए सी, ते उदू बाद की होया भी प्राइज़ एडे वड्डे हो गए सी भी कमेटियां नूं भी औखा हो गया जी टूरनामेंट करवाउणा साडे, तां करके साडे ज्यादा कबड्डी दा ना जी जी। ते हुण असीं जिद्दां कि सारे प्लेयरां ने भरावां ने इकट्ठे हो के नाल पुराने जिहड़े अपने जिवें वड्डे टूरनामेंट करवाउंदे आ दड़बे फौजी भाई रौंता सुरेंद्र जखेपल, उहनां नूं सारे सीनियर आपां नूं लै के एक असीं सारे प्लेयरां ने बणाई भी आपां संगरूर बरनाले दी लीग कराईए, क्योंकि सारे पंजाब दे विच लीगां शुरू हो गईआं। चलो परमात्मा ने बहुत कुछ दित्ता है ना, होर सोचदे आ भी जिन्ना सानूं कबड्डी ने दित्ता ना उन्ना असीं आ भरावां नूं लिया रहे मूहरे, इन्हों नूं सातों वध देवे सानू खुशी होगी। असी सैट हाँ तो साढ़े भरा होर सैट हो गए तो सानू होर खुशी होगी जी जी। तो ये नवे भरावां दे लई कीता, ते जिहड़े कहिंदे जी पुराने प्लेयर कबड्डी नाल जुड़दे नहीं, विच कहिंदे सी भी कबड्डी दे ओह कोच ने जिहड़े कबड्डी नहीं खेडदे, है ना। ते उहदे लई भी असीं ने कीता भी हरेक टीम 8 टीमां बनाउणियां, ते हरेक टीम नूं इक इंटरनेशनल प्लेयर कोच होगा उहदा जी, ठीक है। ते बाकी बात हुण कमेटियां नूं आ भी असीं बहुत साफ सिर बजट नाल ये वधिया चीज़ बना के लैके आ रहे हैं, तो तुसीं साडा साथ दिओ, वध तो वध टूरनामेंट कराओ जिन्हां नाल ये आपां नवे प्लेयरां नूं अग्गे लैके आईए, क्योंकि गांव वड्डे मैच चल पैणे आ फिर साडे कोल उही कम हो जाणा जी जी। अपना प्रोसैस आ भी ये 1.25 महीने की लीग जिहड़ी कि 10 अगस्त तो आपां शुरू करा सकीए, तो 15 सितंबर तक आपां चलाईए जी, भी ऐतकी देखिए पहला साडा भी पहला एक्सपीरियंस है ना, ये ऐतकी इन्ने टाइम में सानू वधिया साथ मिलिया जी। तो अगे असीं यही लीग नूं जून जुलाई ते अगस्त दे विच लै जांगे, 2.5 महीने की लीग बनावांगे, ते होर भी जिहड़ियां ऐतकी छातों घाटा रहणगियां वह पूरियां करांगे जी जी। तो इहदे विच सानू सब दी लोड़ आ, सानू सारे पुराने सारे नवें सारे A to Z प्लेयर की लोड़ आ भी साडा साथ दिओ, अजी तुहाडे नाल खड़े हां। गुरप्रीत वीर तुसीं की कहना चाहोगे जां किद्दां दा इनामां दा वेरवा जां किद्दां दा शेड्यूल होऊगा, तुहाडे की विचार है इस उद्यम दे लई? इनामां दा वेरवा तां भाई जिद्दां आपां पहलां क्लीयर कर ही चुके हां भी 1 लाख रुपये दा बजट होऊगा, जिहड़े बंदे ने अपनी लीग करवाउणी आ उह कोई भी बंदा सानू सद सकदा, भी जिहड़े बंदे दा छोटा बजट आ टूरनामेंट दा असीं आपदे सारे प्लेयर लै के ਉਹ ਬੰਦੇ ਨਾਲ ਸਟੇਜ ਦਾ ਕਰਨਾ ਅਤੇ ਇੱਕ ਗਰਾਊਂਡ ਦਾ ਸਾਹਮਣਾ, ਹੈ ਨਾ। ਅਤੇ ਉਹਦੇ 'ਚ ਆਪਾਂ ਨੂੰ ਉਹਨੇ 1 ਲੱਖ ਰੁਪਇਆ ਦੇਣਾ ਇੱਕ, ਉਹ 1 ਲੱਖ ਰੁਪਏ 'ਚ ਸਾਰੇ ਪਲੇਅਰਾਂ ਨੂੰ ਵਿੱਚੋਂ ਪਾਰਟੀਸਪੇਟ ਨਾਮ ਸਾਰਾ ਅਸੀਂ ਵਿੱਚ ਐਡਜਸਟ ਕਰਨਾ ਜੀ ਜੀ। ਅਤੇ ਬਾਕੀ ਜਿਵੇਂ ਆਪਾਂ ਬਈ ਪਹਿਲਾਂ ਬੰਦੇ ਕਹਿੰਦੇ ਯਾਰ ਵੀ ਬੰਦਾ ਉਹ ਖੇਡਿਆ ਨਹੀਂ ਯਾਰ ਕਬੱਡੀ ਨਹੀਂ ਖੇਡਿਆ ਕੋਚ ਬਣਿਆ ਫਿਰਦਾ, ਹੈ ਨਾ। ਫਿਰ ਉੱਥੇ ਬਈ ਆਪਾਂ ਖੇਡੀ ਮੈਂ ਤਾਂ ਆਪਾਂ ਅੱਗੇ ਆਓ
जी जी उन्होंने मौका क्यों देने जी आप आप नहीं अगे आते ही तो फिर कोच बन के जाते हैं भी कल उन्होंने गल्ला कहने बुरा भला यार भी कबड्डी खेडे नहीं ये कोच बन के सिले दे फिर फिर जो आप कबड्डी वाली ना पहल करा तो बी उन्होंने फिर मौका भी नहीं मिलना जो आप जावे ना बिल्कुल ही है भी हर बंदा दर्शकों तो लागे प्लेयर तक भाई हमारा साथ दौ जी हम छोटे पद्धर से स्टार्ट की लीग कल देखा कोई वे पद्धर से भी जा सकी बी अभी लाइव कर रहे हैं जो अपना हज ट्रायल चल रही गोरमा पिंड के बच्चे 48 प्लेयर आप सिलेक्ट करने इतों सारे वीर भरावान प्यार भरे सत श्रीकाल जी अज कबड्डी लीग संगरूर बटाला जहाँ के पैर लेते जा रहे हैं खिलाड़ियों के जिन्हें भी खिलाड़ी वीर पहुंचे है सारे ही खिलाड़ियों जी वेलकम आख्या जाता है असं धन्यवाद करते हैं साथ अंतरराष्ट्रीय प्लेयर जिन्होंने अपने समय के मान खेल कबड्डी इतों इतों ही पुछ लिया करना रेडर का उन्होंने कहना कहना जे मेहर हो जाए तेरी साइया लगते रहन खुशी के मेले मिलते हैं रहन बधाइया अज संगरूर बरनला मरेकोटला कबड्डी लीग के ट्रायल जिला बरनला के जेडे गुरम की धरती के उत्ते हो रहे हैं जिन्हें भी साढ़े बड़े छोटे वीर कबड्डी के खिडारी आने वाले समय में स्टार साढ़े दरबार पहुंचे असी सारे खिडारियों को सारे छोटे भरावों ने जी आ आखते हैं और जिते आखिर कबड्डी के सुपर स्टार साढ़े दरबार पहुंचे हुए हैं और इतने इस नगर के भाई भाऊ भी जिन्होंने बहुत ही वधिया प्रबंध किया इस नगर के अज लीग के ट्रायल चल रहे हैं भाई काला हमीदी गुरप्रीत जंगियाला वीर ढुंडा धनौला साढ़े भरा सतनाम खेड़ी चौला भाई बजीरा अमला सिंह वाला कुलविंदर जंगियाला साड़ी खेत कबड्डी के प्रसिद्ध खिडारी और साढ़े बहुत ही सत्कारयोग उस्तादों ने उस्ताद मास्टर दलीप सिंह जी भी साढ़े दरम्यान ने जिन्हों का नाम कबड्डी की दुनिया के दुनिया जानती है भी इन्होंने किन्ने कु स्टार पैदा किए भाई बजीरा अमला सिंह वाला और कद्दी सैना केजरीवाल सारी सत्कारयोग कबड्डी खिलाड़ी चैना चैंगली खिलाड़ियों की चोट कर रहे हैं निर्मल चैंगली उन्हें राजा राय सर साढ़े सारे भरावान का वाला धन्यवाद है इस लीग नूं लैके इन्हां ट्रायलां नूं लैके सानूं भी अज माण महसूस हो रहा कि जिहड़ा साढ़े इन्हां अंतरराष्ट्रीय कबड्डी खिडारियों ने उपराला कीता इस लीग नूं करवाउण दे लई बहुत ही सलाघाजोग कदम है सारे प्लेयरां दा असीं सत्कार करदे हां जिन्ने भी अंतरराष्ट्रीय कबड्डी खिडारी इस लीग नाल जुड़े आ इस लीग नूं करवा रहे आ और तमाम साढ़े रैफरी साहबान कोचर साहबान ते साढ़े कमेंटेटर साहबान सारे का असीं धन्नवाद करदे हां जिन्हां ने रल मिल के इस लीग नूं इह करवाउण दा उपराला कीता है संगरूर बरनला मलेरकोटला अज इन्हां जिलों के वक्रिया वक्रिया जगह के उपर ट्रायल लाए जा रहे हैं एक बने बाई खुशी दुग्गा जी उन्होंने सारे साथी प्लेयर जिमें काला धनौला वो वक्रे तो बई हरप्रीत संधू जी उधर मस्तर अकाल दे विच बाई खुशी दुग्गा नाल वो ट्रायलों के शामिल ने उत्थे ट्रायल लै रहे हैं तो असी इधर अमरगढ़ के पहुंचे हुए हैं वड्डी गिणती में जो प्लेयर इत्थे आए हैं तो हुण असी जल्दी ट्रायल शुरू करन लगे हैं बहुत वड्डी गिणती में जो प्लेयर आ चुके हैं तो उम्मीद है एक वधिया टीम इत्थों आपां चुन के साड़ी इस लीग नूं देवांगे क्योंकि सीनियर प्लेयर जिहड़े इत्थे भी पहुंचे जिन्हां दे विचों
ਅਸੀਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਗੁਰਮੀਤ ਮੰਡੀਆਂ ਜੀ, ਜੱਜ ਮੰਡੀਆਂ, ਦਿਲਬਰ ਝਨੇਰ ਜੀ, ਕਰਮੀ ਬਾਲਡਵਾਲ, ਸਰਬਾ ਚੌਂਦਾ ਜੀ, ਲਾਡੀ ਬਾਈ ਹੋਰੀ ਸਾਰੇ, ਸੋਨੀ ਹੋਰੀ ਅਤੇ ਨਾਲ ਸਾਡੇ ਹੋਰ ਵੀ ਬੜੇ ਸਾਰੇ ਪਲੇਅਰ ਜਿਹੜੇ ਇੱਥੇ ਸ਼ਾਮਿਲ ਨੇ, ਜਿਹੜੇ ਇਹ ਟਰਾਇਲ ਲੈਣ ਵਾਸਤੇ ਪਹੁੰਚੇ, ਸਾਰਿਆਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਆਓ ਫਿਰ ਆਪਾਂ ਜਲਦੀ ਹੁਣ ਟਰੇਲਾਂ ਦੇ ਵਿੱਚ ਸ਼ਾਮਿਲ ਹੋਵਾਂਗੇ। ਧੰਨਵਾਦ, ਥੈਂਕ ਯੂ। ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਕੀ ਕਹਿਣਾ ਚਾਹੁੰਦੇ ਹੋ ਟਰਾਇਲਾਂ ਬਾਰੇ ਅੱਜ? ਬਹੁਤ ਵਧੀਆ ਉਪਰਾਲਾ ਜੀ, ਨਵੀਂ ਪੀੜ੍ਹੀ ਲਈ ਬਹੁਤ ਵਧੀਆ। ਨਵੇਂ ਪਲੇਅਰ ਉੱਭਰ ਕੇ ਸਾਹਮਣੇ ਆਉਣਗੇ? ਨਵੇਂ ਪਲੇਅਰ ਉੱਭਰ ਕੇ ਆਉਣਗੇ ਜੀ, ਬਹੁਤ ਵਧੀਆ ਉਪਰਾਲਾ ਜੀ। ਥੈਂਕ ਯੂ। ਹਾਂਜੀ ਕਰਮੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਲੇਅਰਾਂ ਵਾਸਤੇ ਬਹੁਤ ਵਧੀਆ ਮੌਕਾ ਜੀ, ਸਾਰੇ ਪਲੇਅਰ ਹੁਣ ਟਰਾਇਲ ਦੇਣ ਆਪਦੇ ਅਤੇ ਆਪਾਂ ਦੇਖਦੇ ਹਾਂ, ਬਾਕੀ ਵਧੀਆ ਕਰਾਵਾਂਗੇ ਲੀਗ ਜਿਵੇਂ ਸਿਸਟਮ ਦੇ ਨਾਲ। ਬਾਈ ਗੁਰਮੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਾਰੇ ਵੀਰਾਂ ਨੂੰ ਬਹੁਤ ਹੀ ਵਧੀਆ ਇਹ ਉਪਰਾਲਾ ਹੋ ਰਿਹਾ, ਆਪਾਂ ਸਾਰੇ ਨਵੇਂ ਪਲੇਅਰਾਂ ਨੂੰ, ਕੋਈ ਇੰਟਰਨੈਸ਼ਨਲ ਪਲੇਅਰ ਨਹੀਂ ਖੇਡਣਾ ਜਿਹੜੇ ਜਿਹਦਾ ਵੀਜ਼ਾ ਲੱਗਿਆ ਕੋਈ ਵੀ। ਸਰਬਾ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਜੀ ਆਪਾਂ ਤਾਂ ਇਹੀ ਆ ਵੀ ਜਿਹੜੇ ਨਵੇਂ ਪਲੇਅਰ ਹੋਣਗੇ, ਜਿਹੜੀ ਸਾਡੀ ਮੀਟਿੰਗ 'ਚ ਗੱਲ ਹੋਈ ਆ ਕੱਲ੍ਹ, ਅਤੇ ਉਹ ਨਵੇਂ ਪਲੇਅਰਾਂ ਨੂੰ ਜਿਹੜੀ ਸਾਡੀ ਫੈਡਰੇਸ਼ਨ ਆ ਉੱਪਰ ਲਿਆਉਣੇ, ਨੌਰਥ ਫੈਡਰੇਸ਼ਨ ਹੋ ਗਈ, ਪੰਜਾਬ ਫੈਡਰੇਸ਼ਨ ਹੋ ਗਈ, ਮੇਜਰ ਲੀਗ ਹੋ ਗਈ, ਉਹਦੇ ਵਿੱਚ ਵੀ ਇਹਦੇ ਵਿੱਚੋਂ ਵੀ ਪਲੇਅਰ ਅਸੀਂ ਕੱਢ ਕੇ ਉੱਪਰ ਲੈ ਕੇ ਜਾਵਾਂਗੇ, ਉਹਨਾਂ ਦੀ ਵੱਡੀਆਂ ਟੀਮਾਂ ਦੇ ਵਿੱਚ ਗੱਲ ਕਰਾਵਾਂਗੇ। ਸਾਡੀ ਜਿਹੜੀ ਬੜੇ ਪਲੇਅਰਾਂ, ਖੁਸ਼ੀ ਬਾਈ ਨੇ ਗੱਲ ਕਰੀ ਆ, ਕਰਮੀ ਬਾਈ ਹੋ ਗਏ, ਜੇ ਨਿੰਦੀ ਵੀ ਨੜਿਆਲਾ ਹੋ ਗਿਆ, ਇਹਨਾਂ ਵਿੱਚੋਂ ਹੀ ਅਸੀਂ ਪਲੇਅਰ ਉੱਪਰ ਲੈ ਕੇ ਜਾਣਗੇ। ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਵਧਿਆ ਹੋਇਆ ਖੇਡ ਗਰਾਊਂਡ ਦੇ ਵਿੱਚ, ਚਾਰ ਜਾਫੀਆਂ ਦੇ ਵਿੱਚ ਹੁਣ ਕੌਣ ਬੱਲੇ ਬੱਲੇ ਕਰਵਾਵੇਗਾ? ਲਓ ਸਾਹਮਣੇ ਪੁਆਇੰਟ ਲੀਡਰ ਦਾ ਐਵੀ, ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਐਵੀ। ਬਹੁਤ ਵਧੀਆ ਟਰਾਈ ਕਰਦਾ ਹੋਇਆ ਨੌਜਵਾਨ ਗੱਭਰੂ, ਲੇਕਿਨ ਪੁਆਇੰਟ ਐਵੀ ਦਾ। ਹਾਂਜੀ, ਸਾਡੇ ਸਵਰਨ ਸੰਧੂ ਜੀ ਅਗਲੀ ਜਾਣਕਾਰੀ ਦੇਣਗੇ ਵੀ ਕਿੱਦਾਂ ਜਿਹੜੀ ਅਗਲੀ ਦੌੜ ਖੇਡਿਆ ਜਾਣਾ ਜਾਂ ਕਿੱਦਾਂ ਜਿਹੜੀ ਅਗਲੀ ਪਲੇਸ ਦੇ ਮੈਚ ਨੇ, ਸਾਡੇ ਸਵਰਨ ਜੀ ਦੱਸਣਗੇ ਟਰਾਈ ਕਰਕੇ ਸਾਰੇ ਸਾਥੀ। ਬਹੁਤ ਵਧੀਆ ਪ੍ਰਬੰਧ ਕੀਤਾ ਹੈ ਜੀਤੇ ਬਾਈ ਹੋਣਾ ਦੀ, ਬਹੁਤ ਵੱਡੀ ਦੇਣ ਅੱਜ ਗਰਾਊਂਡ ਦੇਣ ਦੇ ਵਿੱਚ।
ਕਰਨਾ ਤੇ ਬਹੁਤ ਸੋਹਣੇ ਟ੍ਰਾਇਲ ਚੱਲ ਰਹੇ ਨੇ ਇਹ ਵੈਰੀ ਗੁੱਡ ਤੇ ਨਾਲ ਦੀ ਨਾਲ ਜਿਹੜਾ ਲੇਖਾ ਜੋਖਾ ਵੀ ਕੀਤਾ ਜਾ ਰਿਹਾ ਹੈਗਾ ਨਰ ਸਿੰਘ ਜੀ ਡੈਣੀ ਸਾਹਿਬ ਇਸੇ ਸਾਹਿਬ ਵੱਲੋਂ ਤੇ ਇਹ ਟ੍ਰਾਇਲ ਨੇ ਜਿਹੜੇ ਆਪਣੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਬਟੜਿਆਣਾ ਨੇ ਜੋ ਗਰਾਊਂਡ ਪ੍ਰੋਵਾਈਡ ਕੀਤਾ ਜੇ ਬਟੜਿਆਣੇ ਦੇ ਸਟੇਡੀਅਮ ਦੇ ਵਿੱਚ ਕਰਵਾਏ ਜਾ ਰਹੇ ਨੇਗੇ ਹਾਂਜੀ ਸਵਰਨਦੀਪ ਬਹੁਤ ਵਧੀਆ ਪਲੇਅਰ ਅੱਜ ਪਹੁੰਚੇ ਹੋਏ ਨੇ ਇੱਥੇ ਸਾਰੇ ਖਿਉਣੇ ਅੰਦਰਜੀਤ ਹੈਗਾ ਜੀ ਲਾਈਵ ਚੱਲ ਰਿਹਾ ਦਲਵੀਰ ਬਾਈ ਦੇਖਣ ਲੱਗ ਰਿਹਾ ਤੁਹਾਨੂੰ ਰਾਮਪੁਰੇ ਵਾਲਾ ਕਨੇਡਾ ਬੈਠਾ ਬਾਲੂ ਵਰਗੇ ਪਲੇਅਰ ਅੱਜ ਆਏ ਹੋਏ ਨੇ ਬਾਲੂ ਜੀ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਗੋਵਿੰਦਾ ਰਾਮਪੁਰਾ ਸਾਰੇ ਭਰਾ ਆਏ ਹੋਏ ਨੇ ਅੱਜ ਟ੍ਰਾਇਲਾਂ ਤੇ ਤੇ ਸਾਰੇ ਮੁੰਡੇ ਚੋਟੀ ਦੇ ਪਲੇਅਰ ਆਏ ਹੋਏ ਨੇ ਅੱਜ ਟ੍ਰਾਇਲਾਂ ਤੇ ਵੱਡਾ ਸਵਾਗਤ ਹੈ ਇਹਨਾਂ ਦਾ ਅੱਜ ਵੱਡੀ ਜ਼ਿੰਮੇਵਾਰੀ ਹੈ ਸੋਮਾ ਘਰਾਚੋਂ ਜੀ ਉਸਤਾਦ ਅਤੇ ਨਰ ਸਿੰਘ ਜੀ ਡੈਣੀ ਸਾਹਿਬ ਉਹਨਾਂ ਦੀ ਜ਼ਿੰਮੇਵਾਰੀ ਅੱਜ ਅਤੇ ਬਾਈ ਕਾਲੇ ਚ ਨੇੜੀ ਹੋ ਰਹੀ ਸਤਿ ਸ਼੍ਰੀ ਅਕਾਲ ਕਰੋ ਜੀ ਸਾਰਿਆਂ ਨੂੰ ਸਾਰੇ ਭਰਾ ਸਾਡੇ ਅੱਜ ਯੁੱਧਵੀਰ ਆ ਜੀ ਯੁੱਧਵੀਰ ਮੁੰਡਾ ਯੁੱਧਵੀਰ ਆ ਬਹੁਤ ਵਧੀਆ ਪ੍ਰਦਰਸ਼ਨ ਹੋ ਰਿਹਾ ਇਹਨਾਂ ਦਾ ਬਿੱਲਾ ਲਲਤੋਂ ਵਾਲਾ ਸਾਡਾ ਵੀਰ ਜੋ ਸਾਡੇ ਨਾਲ ਲਾਈਵ ਜੋੜਿਆ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਮੁੰਡੇ ਨੇ ਬਹੁਤ ਸੋਹਣਾ ਸ਼ੇਅਰ ਲਿਖਿਆ ਬਿੱਟਾ ਸਜੂਮਾ ਜੱਫਾ ਲਾ ਰਿਹਾ ਬਿੱਟਾ ਸਜੂਮਾ